ਤੇ ਅੱਜ 16 ਤਰੀਕ ਹੈ ਜੀ ਤੇ ਫਿਲਮ ਰਿਲੀਜ਼ ਹੋ ਚੁੱਕੀ ਹੈ ਜੇ ਤੇਰੇ ਨਾਲ ਪਿਆਰ ਨਾ ਹੁੰਦਾ ਤੇ ਇਸ ਫਿਲਮ ਦੇ ਡਾਇਰੈਕਟਰ ਸਾਡੇ ਨਾਲ ਵੀਰ ਜੀ ਮਨਜਿੰਦਰ ਸਾਹਿਬ ਕਿਆ ਹਾਲ ਚਾਲ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ ਜੀ ਕੀ ਚੱਲ ਰਿਹਾ ਪਹਿਲਾਂ ਦਿਲ ਤੇ ਦਿਮਾਗ ਦੇ ਵਿੱਚ ਕਿਉਂਕਿ ਬਹੁਤ ਮਿਹਨਤ ਬਹੁਤ ਐਫਰਟਸ ਲੱਗਦੇ ਆ ਇੱਕ ਡਾਇਰੈਕਟਰ ਦਾ ਕੈਪਟਨ ਆਫ ਦਾ ਸ਼ਿਪ ਹੁੰਦਾ ਜੀ ਨਹੀਂ ਮੈਂ ਬਹੁਤ ਪੋਜ਼ਿਟਿਵ ਹਾਂ ਜੀ ਫਿਲਮ ਵਧੀਆ ਬਣੀ ਆ ਲੋਕਾਂ ਨੇ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ ਠੀਕ ਹੈ ਜੀ ਅਤੇ ਇਮੋਸ਼ਨਸ ਦੀ ਫਿਲਮ ਹੈ ਫਿਲਮ ਵਧੀਆ ਬਣੀ ਆ ਸੋ ਮੈਂ ਓਕੇ ਹਾਂ ਵਧੀਆ ਫੀਲ ਕਰ ਰਿਹਾ ਗੁੱਡ ਫੀਲ ਕਰ ਰਿਹਾ ਅਤੇ ਪਿਆਰ ਦੀ ਗੱਲ ਕੀਤੀ ਹੈ ਫਿਰ ਕਿੰਨੀ ਕੁ ਸਰਚ ਕੀਤੀ ਇੱਕ ਕਹਾਣੀ ਆ ਗਈ ਸੀ ਆਪਣੇ ਅੰਦਰ ਵੀ ਕਿਤੋਂ ਪਿਆਰ ਲੱਭਣਾ ਪਿਆ ਵੀ ਯਾਰ ਜਦੋਂ ਇਸ ਸਟੇਸ਼ਨ 'ਚ ਮੈਂ ਹੁੰਦਾ ਤਾਂ ਮੈਂ ਕੀ ਕਰਦਾ ਦੇਖੋ ਇਹ ਸਾਰਾ ਕੁਛ ਹੀ ਆ ਮੈਂ ਲਿਖੀ ਵੀ ਹੈ ਫਿਲਮ ਸੋ ਜਦੋਂ ਬੰਦਾ ਲਿਖਦਾ ਹੈ ਨਾ ਜਿਹੜਾ ਰਾਈਟਰ ਹੁੰਦਾ ਉਹ ਚਾਹੇ 90% ਸਮਾਜ ਤੋਂ ਚੱਕ ਲਏ 10% ਉਹਨੂੰ ਆਪਦਾ ਵਿੱਚ ਪਾਉਣਾ ਹੀ ਪੈਂਦਾ ਹੈ ਨਾ ਉਹ ਇੱਕ ਰੂਲ ਲਾ ਲਓ ਇੱਕ ਅਸੂਲ ਲਾ ਲਓ ਐਂਡ ਉਹ ਬੰਦੇ ਕਈ ਵਾਰੀ ਰਾਈਟਰ ਨੂੰ ਨਹੀਂ ਵੀ ਪਤਾ ਹੁੰਦਾ ਬਟ ਉਹਦਾ 10% ਪੈ ਜਾਂਦਾ ਉਹਦੇ ਵਿੱਚ ਕਈ ਵਾਰ ਤਾਂ ਜ਼ਿਆਦਾ ਹੀ ਪੈ ਜਾਂਦਾ ਸੋ ਵਧੀਆ ਵੀ ਕਹਿਣ ਦਾ ਮਤਲਬ ਲਿਖੀ ਡਾਇਰੈਕਟ ਕੀਤੀ ਵਧੀਆ ਐਕਸਪੀਰੀਅੰਸ ਰਿਹਾ ਵਧੀਆ ਫਿਲਮ ਬਣੀ ਆ ਬਾਕੀ ਹੁਣ ਤੁਸੀਂ ਦੇਖੋਗੇ ਤਾਂ ਲੋਕਾਂ ਨੂੰ ਦੱਸਿਓ ਕੀ ਫੀਲ ਜਦੋਂ ਫਿਲਮ ਲਿਖ ਰਹੇ ਸੀਗੇ ਕਾਸਟ ਉਦੋਂ ਮਾਈਂਡ ਦੇ ਵਿੱਚ ਇਹ ਸੀਗੀ ਜਾਂ ਪਹਿਲਾਂ ਕਹਾਣੀ ਲਿਖ ਲਈ ਜਾਂ ਉਸ ਤੋਂ ਬਾਅਦ ਕਾਸਟ ਫਾਈਨਲ ਨਹੀਂ ਕਹਾਣੀ ਲਿਖੀ ਜੀ ਪਹਿਲਾਂ ਤਾਂ ਇੱਕ ਕਰੈਕਟਰ ਸੀਗਾ ਕਰੈਕਟਰ ਤੋਂ ਬਾਅਦ ਕਰੈਕਟਰ ਕਰਦੇ ਕਰਦੇ ਜਿੱਦਾਂ ਇਹ ਚੀਜ਼ਾਂ ਦਿਮਾਗ 'ਚ ਆ ਜਾਂਦੀਆਂ ਹੁੰਦੀਆਂ ਹਨਾ ਮੈਂ ਨਵੀਂ ਭੰਗੂ ਦੇ ਨਾਲ ਨਾ ਇੱਕ ਸੀਰੀਜ਼ ਕੀਤੀ ਸੀ ਰੇਂਜ ਹਾਂ ਬਿਲਕੁਲ ਅਤੇ ਉਹਦੇ ਡਾਇਲੋਗਸ ਮੈਂ ਲਿਖੇ ਸੀ ਬਾਈ ਉਹਦੇ ਵਿੱਚ ਲੀਡ 'ਤੇ ਸੀਗਾ ਅਤੇ ਉਦੋਂ ਮੈਂ ਦੇਖਿਆ ਸੀ ਬਾਈ ਨੂੰ ਕੰਮ ਕਰਦੇ ਅਤੇ ਮੈਨੂੰ ਵਧੀਆ ਲੱਗਾ ਐਕਟਰ ਲੱਗਾ ਬੰਦਾ ਉਹ ਐਨ ਹੈ ਵੀ ਐਕਟਰ ਸੋ ਉਹੀ ਇੱਕ ਰੀਜ਼ਨ ਸੀ ਜਦੋਂ ਫਿਰ ਕਾਸਟਿੰਗ ਦੀ ਗੱਲ ਆਈ ਤਾਂ ਫਸਟ ਐਂਡ ਲਾਸਟ ਚੋਇਸ ਨਵੀਂ ਭੰਗੂ ਹੀ ਸੀਗਾ ਫਿਰ ਸਾਡੇ ਕਾਸਟਿੰਗ ਡਾਇਰੈਕਟਰ ਮੁੰਡਾ ਪਲਜਿੰਦਰ ਭੰਗੂ ਉਹਨੇ ਬਾਕੀ ਸਾਰੀ ਕਾਸਟਿੰਗ ਕੀਤੀ ਆ ਮੈਂ ਉਹਨੂੰ ਤੰਗ ਹੀ ਕੀਤਾ ਵੀ ਮੈਨੂੰ ਆ ਉਹ ਨਵੀਂ ਹੋ ਗਿਆ ਨਾ ਫਿਰ ਨਵੀਂ ਅਰੋੜਾ ਦੇ ਨਵੀਂ ਭੰਗੀ ਦੋ ਨਵੀਂ ਨੇ ਸ਼ਾਇਦ ਤਾਂਹੀਓ ਇੰਨੀ ਵਧੀਆ ਫਿਲਮ ਬਣ ਗਈ ਅਤੇ ਮਲੀਨਾ ਸੋਢੀ ਜੀ ਦੀ ਚੋਇਸ ਕਿੱਦਾਂ ਬਣੀ ਮਲੀਨਾ ਸੋਢੀ ਜੀ ਨੂੰ ਲੈ ਕੇ ਆਏ ਸੀ ਸਾਡੇ ਕਾਸਟਿੰਗ ਡਾਇਰੈਕਟਰ ਪਲਜਿੰਦਰ ਭੰਗੂ ਉਹ ਮੈਨੂੰ ਪ੍ਰੋਫਾਈਲਸ ਸੈਂਡ ਕਰ ਰਹੇ ਸੀਗੇ ਅਤੇ ਮੈਂ ਉਹਨਾਂ 'ਚੋਂ ਲਗਾਤਾਰ ਰਿਜੈਕਟ ਕਰ ਰਿਹਾ ਸੀ ਨਹੀਂ ਆ ਨਹੀਂ ਚਾਹੀਦੀ ਨਹੀਂ ਆ ਨਹੀਂ ਚਾਹੀਦੀ ਨਹੀਂ ਆ ਨਹੀਂ ਚਾਹੀਦੀ ਦੈਨ ਉਹਨਾਂ ਨੇ ਇੱਕ ਚਿਹਰਾ ਭੇਜਿਆ ਜੋ ਮਲੀਨਾ ਸੋਢੀ ਦਾ ਸੀ ਉਹ ਵੀ ਮੈਂ ਸਾਈਡ ਹੀ ਕਰਤਾ ਮੈਂ ਕਿਹਾ ਚਲੋ ਇਹਨੂੰ ਦੇਖ ਲਾਂਗੇ ਪਰ ਉਹ ਕੁਛ ਹੋਰ ਦਿਖਾਓ ਉਸ ਤੋਂ ਬਾਅਦ 'ਚ ਜੋ ਵੀ ਉਹਨਾਂ ਨੇ ਦਿਖਾਇਆ ਜਾਂ ਜੋ ਵੀ ਮੇਰੇ ਕੋਲ ਆਇਆ ਬਸ ਉਹ ਫਿਰ ਮਲੀਨਾ ਸੋਢੀ ਤੋਂ ਵਧੀਆ ਨਹੀਂ ਸੀ ਤਾਂ ਕਰਕੇ ਫਿਰ ਉਹਨਾਂ ਨੂੰ ਚੂਜ਼ ਕੀਤਾ ਫਿਰ ਉਹਨਾਂ ਨੂੰ ਮਿਲਿਆ ਮਿਲ ਕੇ ਉਹਨਾਂ ਦਾ ਇੱਕ ਆਡੀਸ਼ਨ ਕੀਤਾ ਉਹਨਾਂ ਨੂੰ ਇੱਕ ਸੀਨ ਦਿੱਤਾ 2 ਦਿਨ ਪਹਿਲਾਂ ਮੈਂ ਉਹਨਾਂ ਨੂੰ ਵਟਸਐਪ 'ਤੇ ਸੀਨ ਭੇਜਤਾ ਸੀ ਵੀ ਆਹ ਪ੍ਰਪੇਅਰ ਕਰਕੇ ਆਇਓ ਫਿਰ ਜਦੋਂ ਉਹਨਾਂ ਨੇ ਫੋਨ ਅਤੇ ਮੈਂ ਇੱਦਾਂ ਬੈਠਾ ਹੋਇਆ ਸੀ ਅਤੇ ਉਹ ਪਰਫੋਰਮ ਕਰ ਰਹੇ ਸੀ ਜਦੋਂ ਫੋਨ 'ਤੇ ਇੰਨਾ ਸੋਹਣਾ ਪਰਫੋਰਮ ਕੀਤਾ ਤਾਂ ਮੈਨੂੰ ਲੱਗਿਆ ਕਿ ਕੈਮਰੇ ਅੱਗੇ ਵੀ ਬਹੁਤ ਸੋਹਣਾ ਕਰਨਗੇ ਵੱਡੇ ਕੈਮਰੇ ਅੱਗੇ ਸੋ ਪਰ ਬਾਖੂਬੀ ਕੀਤਾ ਉਹਨਾਂ ਨੇ ਅਤੇ ਆਡੀਅੰਸ ਨੂੰ ਕੀ ਕਹਿਣਾ ਚਾਹੁੰਗੇ ਫਾਈਨਲੀ ਆਡੀਅੰਸ ਨੂੰ ਇਹੀ ਹੈ ਜੀ ਕਿ ਜਦੋਂ ਵੀ ਆਪਾਂ ਕਿਸੇ ਵਧੀਆ ਚੀਜ਼ ਨੂੰ ਦੇਖਦੇ ਹਾਂ ਤਾਂ ਆਪਾਂ ਵਧੀਆ ਫੀਲ ਕਰਦੇ ਹਾਂ ਬਹੁਤ ਵਧੀਆ ਫਿਲਮ ਹੈ ਇਹਨੂੰ ਦੇਖ ਕੇ ਤੁਸੀਂ ਵਧੀਆ ਫੀਲ ਕਰੋਗੇ ਇਹ ਉਹਨਾਂ ਲਈ ਵੀ ਆ ਜਿਨ੍ਹਾਂ ਨੇ ਪਿਆਰ ਕਰ ਲਿਆ ਪਾ ਲਿਆ ਇਹ ਉਹਨਾਂ ਲਈ ਵੀ ਜਿਨ੍ਹਾਂ ਨੇ ਗਵਾ ਲਿਆ ਸੋ ਅਗਰ ਤੁਸੀਂ ਜ਼ਿੰਦਗੀ 'ਚ ਕਦੇ ਵੀ ਪਿਆਰ ਮਹਿਸੂਸ ਕੀਤਾ ਕਿਸੇ ਵੀ ਇਮੋਸ਼ਨ ਨੂੰ ਮਹਿਸੂਸ ਕੀਤਾ ਤਾਂ ਫਿਲਮ ਤੁਹਾਡੇ ਲਈ ਹੈ ਜ਼ਰੂਰ ਦੇਖੋ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਦੇਖੋ ਥੈਂਕ ਯੂ ਸੋ ਮਚ ਭਾਅ ਜੀ ਥੈਂਕ ਯੂ